ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕੋਟਲੀ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅਲੀਵਾਲ ਕੋਟਲੀ ਦੇ ਨਾਮ ਨਾਲ ਜਿਹੜਾ ਪਿੰਡ ਜਿਹੜਾ ਜ਼ਿਆਦਾ ਮਸ਼ਹੂਰ ਆ, ਅਤੇ ਦੋ ਗਾਵਾਂ ਜਿਹੜੀਆਂ, ਦੋ ਪਸ਼ੂ ਤੁਹਾਨੂੰ ਵਿਖਾਉਣੇ, ਇੱਕ ਗਾਂ ਅਤੇ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ। ਨਵਾਂ ਹੀ ਕੰਮ ਜਿਹੜਾ ਵੀਰ ਜੀ ਉਹਨਾਂ ਨੇ ਹਾਲੇ ਸ਼ੁਰੂ ਕੀਤਾ, ਅਤੇ ਪਹਿਲੇ ਹੀ ਪਸ਼ੂ ਜਿਹੜੇ ਲਿਆਂਦੇ ਆ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ, ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਠਾਕ ਜੀ? ਚੜ੍ਹਦੀ ਕਲਾ ਜੀ, ਤੁਸੀਂ ਚਲੋ ਸੁਣਾਓ ਹਰਪ੍ਰੀਤ ਜੀ? ਸਭ ਠੀਕ ਠਾਕ ਜੀ, ਕੰਮ ਫਿਰ ਨਵਾਂ ਸ਼ੁਰੂ ਕੀਤਾ ਜੀ? ਹਾਂਜੀ, ਨਵਾਂ ਚਾਲੂ ਕੀਤਾ ਜੀ। ਪਹਿਲੇ ਪਸ਼ੂ ਕੇ ਪਹਿਲਾਂ ਵੀ ਲਿਆ ਕੇ ਵੇਚੇ ਜੀ? ਨਹੀਂ, ਪਹਿਲੇ ਲਿਆਂਦੇ। ਅੱਛਾ ਜੀ, ਪਹਿਲੇ ਲਿਆਂਦੇ, ਪਹਿਲੀ ਵਾਰੀ ਲਿਆਂਦੇ ਆ? ਹਾਂਜੀ, ਪਹਿਲੀ ਵਾਰ ਲਿਆਂਦੇ ਜੀ। ਠੀਕ ਹੈ, ਹਾਂਜੀ। ਚਲੋ ਨਾਮ ਦੱਸਦੇ ਕਰੀ ਆਪਣਾ। ਨਾਮ ਮੇਰਾ ਕਸ਼ਮੀਰ ਸਿੰਘ ਜੀ। ਹਾਂਜੀ, ਪਿੰਡ ਅਲੀਵਾਲ ਕੋਟਲੀ ਜੀ। ਹਾਂਜੀ, ਤੇ ਨੰਬਰ 97796 23115। ਠੀਕ ਹੈ ਜੀ, ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਨ। ਜ਼ਿਲ੍ਹਾ ਅੰਮ੍ਰਿਤਸਰ, ਠੀਕ ਹੈ। ਗੱਗੋਮਾਲ ਵੀ ਲੱਗ ਗਈ ਆਪਣੇ ਇੱਥੇ? ਗੱਗੋਮਾਲ ਵੀ ਇਧਰ ਹੀ ਨਾਲੇ ਲੱਗ ਗਏ। ਅੱਛਾ, ਉਹਨਾਂ ਕੇ ਤੋਂ ਗੱਗੋਮਾਲ, ਉਹਨਾਂ ਕੇ ਜਨਾਲਾ ਹਨ। ਠੀਕ ਹੈ ਜੀ, ਹਾਂਜੀ। ਤੇ ਪਹਿਲਾਂ ਫਿਰ ਆਪਾਂ ਝੋਟੀ ਵਿਖਾ ਦਈਏ, ਹੈ ਨਾ? ਠੀਕ ਹੈ ਜੀ। ਆਹ ਦੇਖ ਸਕਦੇ ਨੀਲੀ ਦੀ ਝੋਟੀ ਆ ਜਿਹੜੀ, ਦੋਵੇਂ ਸੂਈਆਂ ਸਵਾਈਆਂ, ਤਾਜ਼ੇ ਸੂਈਆਂ ਦੋਵੇਂ। ਆਹ ਦੇਖ ਸਕਦੇ, ਥਣਾਂ ਦਾ ਸਾਈਜ਼ ਗੈਪ ਤੇ ਮਿਲਕਮੀਨ ਮੇਰੀ ਦੇਖ ਸਕਦੇ ਜੀ। ਕਿੰਨਵਾਂ ਸੂਆ ਸੂਈ ਜੀ ਵੀਰ ਜੀ? ਦੂਜਾ ਸੂਆ ਜੀ। ਅੱਛਾ, ਦੂਸਰਾ ਸੂਆ ਆ? ਦੂਸਰਾ ਸੂਆ ਜੀ। ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ? ਸੂਈ ਨੂੰ ਅੱਜ 10 ਕੁ ਦਿਨ ਹੋ ਗਏ ਸੂਈ ਨੂੰ। ਅੱਛਾ, ਹਾਂਜੀ। ਤੇ ਬੱਚਾ ਕੀ ਇਹਦੇ ਮਗਰ? ਬੱਚਾ ਮਗਰ ਕੱਟਾ ਜੀ। ਮਗਰ ਇਹਦੇ ਕੱਟਾ ਵਾ? ਹਾਂਜੀ। ਤੇ ਕਿੰਨਾ ਦੁੱਧ ਤਿਆਰ ਜੀ ਇਹਦੇ ਕੋਲ? ਦੁੱਧ ਹਲੇ ਮੌਕੇ ਤੇ 10 ਕਿਲੋ ਤਿਆਰ ਹੈ। ਅੱਛਾ, ਹਾਂਜੀ। ਕਿੰਨਾ ਕੁ ਚਵਾਈ ਜਾਊਗੀ ਇਹ? 12-13 ਕਿਲੋ ਕਰ ਜੂਗੀ ਸਟਾਰਾਂ ਦੇ ਵਿੱਚ। ਅੱਛਾ, 12-13 ਲੀਟਰ ਕਰੀ ਜਾਊਗੀ? ਹਾਂਜੀ, ਕਿ ਹੁਣ ਤੂੜੀ ਨਹੀਂ ਖਾਣ ਡੀ। ਬਾਕੀ ਆ ਦੇ ਸਕਦੇ ਤੂੜੀ ਜਿਹੜੀ ਇਕੱਲੀ ਪੈਂਦੀ ਆ, ਇਹਦੀ ਤੂੜੀ ਖਾਣ ਡੀਆਂ ਜੀ। ਠੀਕ ਹੈ, ਬੱਚੇ ਵੀ ਨਾ ਤੁਹਾਨੂੰ ਦਿਖਾ ਦਈਏ। ਆਹ ਦੇਖ ਸਕਦੇ ਬੱਚੇ ਵੀ ਜਿਹੜੇ ਬਿਲਕੁਲ ਤਾਜ਼ੇ ਹੀ ਆ, ਹਲੇ ਬਹੁਤੇ ਦਿਨ ਨਹੀਂ ਹੋਏ ਸੂਈਆਂ ਨੂੰ। ਗਾਂ ਦਾ ਵੀ ਜਿਹੜਾ ਬੱਚਾ ਬਿਲਕੁਲ ਤਾਜ਼ਾ ਹੀ ਆ, ਅਤੇ ਮੱਝ ਦਾ ਵੀ ਜਿਹੜਾ ਬੱਚਾ ਬਿਲਕੁਲ ਤਾਜ਼ਾ ਹੀ ਆ ਹਲੇ। ਕੋਲੇ ਬੱਚੇ ਦੋਵੇਂ ਲਿਆ, ਫਿਰ ਖੋਲੋ, ਤੋਰ ਦਈਏ ਕਰੀ ਨੂੰ ਆਪਾਂ। ਬਾਕੀ ਉਤਨਾ ਕੱਦ ਕਾਠ, ਬੋਡੀ ਵੇਟ ਜਿਹੜਾ ਠੀਕ ਆ। ਬਾਕੀ ਜਿਹੜੇ ਵੀਰ ਜੀ ਹੁਣਾਂ ਦੇ ਜਿਹੜੇ ਗਵਾਂਢੀ ਆ, ਉਹ ਨੀਲੀ 'ਤੇ ਜਿਹੜਾ ਬੜਾ ਕੰਮ ਕਰਨ ਦੇ ਆ, ਸਾਰੀਆਂ ਕੱਟੀਆਂ ਜਿਹੜੀਆਂ ਨੀਲੀ 'ਤੇ ਕੰਪੀਟੀਸ਼ਨਾਂ 'ਚ ਵੀ ਜਿਹੜਾ ਇਹਨਾਂ ਦਾ ਮਾਲ ਜਿਹੜਾ ਜਾਂਦਾ। ਹਾਂ ਦੇਖ ਸਕਦੇ, ਹਵਾ ਨਾ ਥੱਲਿਆ 12-13 ਲੀਟਰ ਤੇ ਗਰੀਬ ਦੁੱਧ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਚਵਾਈ ਜਾਊਗੀ, ਥੱਲਿਓ ਜਿਹੜੀ ਚੰਗੀ ਤਿਆਰ ਹੋਈ ਹੈ। ਬਾਕੀ ਅਜੇ ਨਵਾਂ ਨਵਾਂ ਹੀ ਕੰਮ ਜਿਹੜਾ ਵੀਰ ਨੇ ਸ਼ੁਰੂ ਕੀਤਾ, ਸੂਈਆਂ ਸਵਾਈਆਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜਿਓ। ਠੀਕ ਹੈ ਵੀਰ ਜੀ, ਬੰਨ ਦਿਓ ਜੀ। ਤੇ ਕੀ ਫਿਰ ਮੁੱਲ ਰੱਖਣਾ ਜਿਹੜਾ? ਮੁੱਲ ਹਰਪ੍ਰੀਤ ਜੀ 63,000 ਜੀ। 63,000 ਆ? ਹਾਂਜੀ। ਤੇ ਮਾਨਦਾਨ ਮੌਕੇ ਤੇ ਕਰ ਦੋਗੇ? ਮੌਕੇ ਤੇ ਕਰ ਦਾਂਗੇ। ਚਲੋ, ਕੋਈ ਫੋਨ ਲਾਵੇ, ਹੈ ਨਾ, ਮੌਕੇ ਤੇ ਲਾਵੇ, ਜ਼ਰੂਰ ਮਾਨਦਾਨ ਕਰਾਂਗੇ। ਠੀਕ ਆ ਜੀ, ਹਾਂਜੀ। ਬਾਕੀ ਕੋਈ ਫੋਨ ਇੱਕ ਵਾਰੀ ਲਾਵੇ ਜ਼ਰੂਰ, ਮੌਕੇ ਤੇ ਮਾਨਦਾਨ ਜਿਹੜਾ ਹੋਰ ਹੋ ਜਾਊਗਾ। ਹਾਂਜੀ। ਹੁਣ ਇੱਕ ਤੁਹਾਨੂੰ ਆਹ ਬੈਡ ਦਿਖਾਉਣੀ ਆ, ਸੂਈ ਸਵਾਈ ਸਿੰਘ ਜਿਹੜੇ ਇਹਦੇ ਆਪਾਂ ਇਹ ਦੇਖ ਸਕਦੇ ਹਾਂ, ਜਿਹੜੇ ਹੈਗੇ ਆ ਬਹੁਤੇ ਵੱਡੇ ਨੇ ਆ ਸਿੰਘ, ਉਤਰਾ ਜਿਹੜੀ ਠੰਡੀ ਧੀਰੀ ਆ, ਪੂਰੀ ਸੀਲ ਲੱਗ ਗਿਆ। ਆਹ ਦੇਖ ਸਕਦੇ ਜੀ, ਜਿੱਧਰੋਂ ਦੀ ਮਰਜ਼ੀ। ਠੀਕ ਆ ਜੀ, ਮਿਲਕ ਮੈਨੂੰ ਵੀ ਕਾਫੀ ਚੰਗੀ ਲੱਗੀ ਆ। ਇਹਨੂੰ ਕਿੰਨਾ ਕੁ ਚਿਰ ਹੋਇਆ ਜੀ ਸੂਈ ਨੂੰ? ਇਹਨੂੰ 12-13 ਦਿਨ ਹੋ ਗਏ ਸੀ। 12-13 ਦਿਨ ਹੋ ਗਏ ਆ? ਤੇ ਇਹਦੇ ਮਗਰ ਬੱਚਾ ਕੀ ਜੀ? ਅੱਛਾ, ਇਹਦੇ ਮਗਰ ਬੱਚਾ। ਬੱਚਾ ਆਪਾਂ ਤੁਹਾਨੂੰ ਹੁਣੇ ਦਿਖਾ ਹੀ ਦਿੱਤਾ, ਆਹ ਦੇਖ ਸਕਦੇ ਜੀ ਬੱਚੇ ਜਿਹੜੇ ਤਾਜ਼ੇ ਹੀ ਆ। ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ? ਇਹਦੇ 12 ਲੀਟਰ ਤਿਆਰ ਜੀ। ਅੱਛਾ, 12 ਲੀਟਰ ਜਿਹੜਾ ਬਿਲਕੁਲ ਤਿਆਰ ਹੈ? ਮੌਕੇ ਤੇ ਜਿਹੜਾ 12 ਲੀਟਰ। ਅੱਛਾ, ਤੇ ਇਹ ਕਿੰਨਾ ਕੁ ਚਵਾਈ ਜਾਊਗੀ? ਇਹ 14-15 ਹਜ਼ਾਰ ਦੇ ਕਰ ਜੂਗੀ। 14-15 ਲੀਟਰ ਜਿਹੜਾ ਕਰ ਜੂਗੀ, ਵਧੀਆ ਆਰਾਮ ਨਾਲ ਕਰੂਗੀ। ਲਿਆ ਫਿਰ ਤੋਰ ਦੋ ਇਹਨਾਂ ਨੂੰ। ਬਾਕੀ ਰੰਗ ਰੂਪ ਦੀ ਜਿਹੜੀ ਇਹ ਵੀ ਪੂਰੀ ਸਾਫ਼ ਆ। ਲੈ ਜਿਓ ਜੀ ਘੁਮਾ ਕੇ। ਬਾਕੀ ਹੈਗੀ ਜਿਹੜੀ ਪੂਰੀ ਠੰਡੀ ਧੀਰੀ ਆ, ਠੰਡੇ ਧੀਰੇ ਦਾ ਪਸ਼ੂ ਦਾ ਜਿਹੜਾ ਵਾਧਾ ਹੁੰਦਾ ਵਾ। ਤੇ ਇਹਦਾ ਕੀ ਮੁੱਲ ਰੱਖਣਾ ਜੀ?
दो जो बकाऊ गीते दोवे सुइया सवाइया वा इत आके वेस चाह के खड़ो जी। हाँ जी दोस्तों वीडियो पूरा देखने लिए बहुत बहुत धन्यवाद जी।